ਤੇ ਤੁਸੀਂ ਪਹਿਲਾਂ ਐਂਕਰਿੰਗ ਕਰਦੇ ਸੀਗੇ ਠੀਕ ਹੈ ਫਿਰ ਆਏ ਫਿਲਮਾਂ ਦੇ ਵਿੱਚ ਇਹ ਸਫ਼ਰ ਕਿੱਦਾਂ ਦਾ ਲੱਗਾ ਤੁਹਾਨੂੰ ਬਹੁਤ ਅੱਛਾ ਲੱਗਾ ਹਮੇਸ਼ਾ ਤੋਂ ਮੈਂ ਚਾਹੁੰਦੀ ਸੀ ਕਿ ਮੈਂ ਉਧਰੋਂ ਇੱਧਰ ਵਾਲਾ ਸਫ਼ਰ ਤੈਅ ਕਰਾਂ ਕਿਸੇ ਤਰ੍ਹਾਂ ਸਮਹਾਓ ਅੱਜ ਮੈਂ ਕਰ ਲਿਆ ਤਾਂ ਆਮ ਫੀਲਿੰਗ ਗੁੱਡ ਬਟ ਆਈ ਵਾਂਟ ਟੂ ਮੇਨਟੇਨ ਇਟ ਮੇਰਾ ਧਿਆਨ ਹੈ ਕਿ ਮੈਨੂੰ ਮੇਨਟੇਨ ਕਰਕੇ ਦੋਨੋਂ ਪੈਰਲਲ ਰੱਖਣੇ ਨਾਲ ਨੋ ਮੇਨਟੇਨ ਦਿਸ ਸੀਟ ਮੇਨਟੇਨ ਦਿਸ ਸੀਟ ਓਕੇ ਤੇ ਜੇ ਗੱਲ ਕਰੀਏ ਪ੍ਰਾਇੋਰਿਟੀ ਇਹੀ ਸੀ ਪਹਿਲਾਂ ਐਕਟਿੰਗ ਪ੍ਰਾਇੋਰਿਟੀ ਵਾਈਜ਼ ਪਤਾ ਕੀ ਹੈ ਜਦੋਂ ਕੋਈ ਵੀ ਬੰਦਾ ਕੋਈ ਡ੍ਰੀਮ ਦੇਖਦਾ ਉਹਦੀ ਪ੍ਰਾਇੋਰਿਟੀ ਨਹੀਂ ਹੁੰਦੀ ਕਿ ਉਹ ਡ੍ਰੀਮ ਕਦੀ ਰਿਐਲਿਟੀ ਬਣੇ ਇਟਸ ਨੋਟ ਅ ਪ੍ਰਾਇੋਰਿਟੀ ਤੁਸੀਂ ਬਸ ਖਾਬ ਦੇਖਦੇ ਹੋ ਕਿ ਯਾਰ ਕਾਸ਼ ਯੂ ਨੋ ਆਈ ਕੈਨ ਆਲਸੋ ਡੂ ਦਿਸ ਸਮਥਿੰਗ ਪੂਰਾ ਹੋ ਜਾਏ ਉਹ ਹੋ ਜਾਏ ਤੇ ਵਧੀਆ ਨਹੀਂ ਤੇ ਹਮੇਸ਼ਾ ਇੱਕ ਡ੍ਰੀਮ ਬਣ ਕੇ ਰਹਿ ਜਾਂਦਾ ਕਿ ਮੀ ਮਤਲਬ ਆਈ ਸ਼ੁਡ ਹੈਵ ਡਨ ਇਟ ਉਦਾਂ ਦਾ ਰਹਿ ਜਾਂਦਾ ਬਟ ਆਈ ਐਮ ਵੈਰੀ ਲੱਕੀ ਐਂਡ ਥੈਂਕਫੁਲ ਕਿ ਮੈਨੂੰ ਇਹ ਚੀਜ਼ ਜੀਨਲੀ ਮਿਲ ਰਹੀ ਹੈ ਦੈਟ ਆਈ ਕੈਨ ਲਿਵ ਮਾਈ ਡ੍ਰੀਮ ਸੋ ਆਈ ਐਮ ਥੈਂਕਫੁਲ ਭਾਈ ਤੁਹਾਡੀ ਗੱਲ ਕਰੀਏ ਤਾਂ ਫਿਲਮਾਂ ਦਾ ਕਨਸੈਪਟ ਲਗਭਗ ਇੱਦਾਂ ਦਾ ਹੁੰਦਾ ਜਿੱਦਾਂ ਇਹਦਾ ਪਹਿਲਾਂ ਲਾਮਾ ਫੇਰੀ ਸੀ ਠੀਕ ਆ ਮੈਰਿਜ ਅਤੇ ਫੈਮਲੀ ਕਿ ਗ੍ਰਸਥ ਜੀਵਨ ਤੋਂ ਬਹੁਤ ਜ਼ਿਆਦਾ ਖੁਸ਼ ਹੋ ਕਿ ਇੱਦਾਂ ਦੇ ਕਨਸੈਪਟ ਤੁਸੀਂ ਬਣਾ ਲਿਓ ਬਾਰ ਬਾਰ ਉਹ ਸੇਮ ਕਨਸੈਪਟ ਦੇਖੋ ਪਹਿਲੀ ਗੱਲ ਤਾਂ ਜਾਨਰ ਹੁੰਦਾ ਹਰ ਡਾਇਰੈਕਟਰ ਹਾਂਜੀ ਮੈਂ ਜ਼ਿਆਦਾ ਸਮੀਪ ਜੀ ਨਾਲ ਕੰਮ ਕੀਤਾ ਹਾਂਜੀ ਹਾਂਜੀ ਸੋ ਕਾਮੇਡੀ ਕਿਤੇ ਨਾ ਕਿਤੇ ਮੈਂ ਵੀ ਕਾਮੇਡੀ ਨਾਲ ਜੁੜਿਆ ਹੋਇਆ ਚਾਹ ਜੀ ਲੇਕਿਨ ਇਨ ਫਿਊਚਰ ਦੇਖਾਂਗੇ ਕਿੱਧਰ ਨੂੰ ਆਪਾਂ ਜਾਂਦੇ ਹਾਂ ਅਤੇ ਹੋਰ ਤਰ੍ਹਾਂ ਦੀ ਫਿਲਮਾਂ ਵੀ ਬਣਾਵਾਂਗੇ ਲੇਕਿਨ ਜਿਹੜੀ ਗ੍ਰਸਥੀ ਹੈ ਜਾਂ ਫੈਮਿਲੀ ਹੈ ਇਹ ਕਹਿ ਲਓ ਵੀ ਜ਼ਿੰਦਗੀ ਦਾ ਇੱਕ ਆਪਣੇ ਸਭ ਤੋਂ ਅਹਿਮ ਹਿੱਸਾ ਹੈ ਜਿਹਦੇ 'ਚ ਆਪਾਂ ਹਮੇਸ਼ਾ ਜ਼ਿਆਦਾਤਰ ਆਪਣੀ ਚਾਹੇ ਉਹ ਡੇ ਦਾ ਹਿੱਸਾ ਚਾਹੇ ਲਾਈਫ ਦਾ ਹਿੱਸਾ ਆਪਾਂ ਵਿਚਰਦੇ ਹਾਂ ਸੋ ਉਹਦੇ ਉੱਪਰ ਹੀ ਬੇਸਡ ਹੈ ਜੀ ਬਹੁਤ ਕਹਾਣੀਆਂ ਨਿਕਲਦੀਆਂ ਔਰ ਹਰ ਫਿਲਮ ਇੱਕ ਨਵਾਂ ਸੁਨੇਹਾ ਲੈ ਕੇ ਆਉਂਦੀ ਹੈ ਹਰ ਨਵਾਂ ਮੈਸੇਜ ਲੈ ਕੇ ਆਉਂਦੀ ਹੈ ਨਾਟ ਇਵਨ ਕਾਮੇਡੀ ਭਾਅ ਜੀ ਨੇ ਇੱਕ ਬਹੁਤ ਪਿਆਰੀ ਸ਼ਾਰਟ ਫਿਲਮ ਬਣਾਈ ਸੀ ਬਹੁਤ ਇਮੋਸ਼ਨਲ ਸੀ ਇੱਕ ਹੋਰ ਜਨਰਲ ਇੱਕ ਹੋਰ ਜਨਰਲ ਬਹੁਤ ਪਿਆਰੀ ਸੀ ਉਹ ਇੱਕ ਪਿਓ ਔਰ ਬੇਟੇ ਦੇ ਰਿਲੇਸ਼ਨ ਦੇ ਉੱਤੇ ਸੀ ਉਹਦੇ 'ਚ ਮੈਂ ਵੀ ਇੱਕ ਗਾਣਾ ਗਾਇਆ ਸੀ ਜੀ ਉਹ ਬਹੁਤ ਪਿਆਰੀ ਫਿਲਮ ਸੀ ਪਰ ਜੇ ਗੱਲ ਕਰੀਏ ਡਾਇਰੈਕਸ਼ਨ ਦੇ ਵਿੱਚ ਆਉਣ ਲਈ ਕੀ ਇੱਕ ਡਾਇਰੈਕਟਰ ਦਾ ਐਕਟਿੰਗ ਦਾ ਵਿਵਸਥਾ ਹੋਣਾ ਜ਼ਰੂਰੀ ਹੈ ਉਹਨੂੰ ਐਕਟਿੰਗ ਆਉਣੀ ਚਾਹੀਦੀ ਹੈ ਨਹੀਂ ਐਕਟਿੰਗ ਆਵੇ ਜ਼ਰੂਰੀ ਨਹੀਂ ਹੈਗਾ ਲੇਕਿਨ ਨੌਲੇਜ ਹੋਣਾ ਬਹੁਤ ਜ਼ਰੂਰੀ ਹੈ ਜੀ ਹਾਂਜੀ ਤਾਂ ਹੀ ਉਹ ਮਤਲਬ ਜੱਜ ਕਰ ਸਕੂਗਾ ਸਾਹਮਣੇ ਜਿਹੜਾ ਕਰੈਕਟਰ ਹੈ ਜੋ ਮੈਂ ਚਾਹੁੰਦਾ ਉੱਦਾਂ ਦਾ ਕਰ ਪਾ ਰਿਹਾ ਕਿ ਨਹੀਂ ਕਰ ਪਾ ਰਿਹਾ ਤਾਂ ਸਾਰਾ ਜੀ ਤੋਂ ਐਕਟਿੰਗ ਕਰਾਉਣੀ ਕਿੰਨਾ ਔਖਾ ਕੰਮ ਸੀ ਲੱਗਾ ਜਾਂ ਕਿੱਦਾਂ ਦਾ ਸੀਗਾ ਬਹੁਤ ਸੌਖਾ ਸੀਗਾ ਜੀ ਮੈਂ ਹਰ ਜਗ੍ਹਾ ਜਿੰਨੀ ਜਗ੍ਹਾ ਵੀ ਮੌਕਾ ਮਿਲਿਆ ਬੋਲਣ ਦਾ ਮੈਂ ਗੱਜ ਵੱਜ ਕੇ ਬੋਲਦਾ ਜੀ ਕਿਉਂਕਿ ਨਵਾਂ ਚਿਹਰਾ ਪੰਜਾਬੀ ਇੰਡਸਟਰੀ 'ਚ ਆਇਆ ਜੀ ਹਾਂਜੀ ਸਭ ਲੋਕ ਉਮੀਦ ਕਰਦੇ ਨੇ ਅਤੇ ਸਾਇਰਾ ਦਾ ਕੰਮ ਬਹੁਤ ਵਧੀਆ ਹੈ ਨੋਟ ਓਨਲੀ ਕਿ ਸਾਡੀ ਫਿਲਮ ਹੈ ਜਦੋਂ ਆਡੀਅੰਸ ਦੇਖੂਗੀ ਉਹਨਾਂ ਨੂੰ ਵੀ ਲੱਗੂਗਾ ਕਿ ਪੰਜਾਬੀ ਇੰਡਸਟਰੀ 'ਚ ਨਵਾਂ ਜਿਹੜਾ ਹੈਗਾ ਚਿਹਰਾ ਆਇਆ ਜਿਹੜਾ ਡਿਜ਼ਰਵ ਕਰਦਾ ਬਾਰ ਬਾਰ ਦੇਖਣ ਲਈ ਲੋਕ ਦੇਖ ਰਹੇ ਨੇ ਬਹੁਤ ਪਿਆਰ ਵੀ ਦੇ ਰਹੇ ਨੇ ਅਤੇ ਭਾਅ ਜੀ ਤੁਹਾਡੇ ਨਾਲ ਪੁੱਛਣਾ ਚਾਹਾਂਗਾ ਕਿ ਤੁਸੀਂ ਕਹਿ ਰਹੇ ਸੀਗੇ ਕਿ ਜਦੋਂ ਸਟੋਰੀ ਲਿਖੇਗੀ ਤੁਸੀਂ ਵੀ ਨਾਲ ਹੀ ਸੀਗੇ ਤੁਹਾਡੇ ਸਾਹਮਣੇ ਸਟੋਰੀ ਫਿਲਮ ਦੀ ਲਿਖੀ ਗਈ ਹੈ ਇੱਕ ਜਦੋਂ ਰਾਈਟਰ ਸਟੋਰੀ ਲਿਖਦਾ ਤੁਸੀਂ ਕੀ ਅਬਜ਼ਰਵ ਕੀਤਾ ਉਹਦੇ ਤੋਂ ਬੇਸਿਕਲੀ ਇੱਦਾਂ ਵੀ ਨਾਲ ਨਹੀਂ ਸੀ ਮੈਂ ਨਾਲ ਦਾ ਮਤਲਬ ਇਹ ਸੀ ਜਿੰਨਾ ਟਾਈਮ ਦੇ ਵਿੱਚ ਲਿਖੀ ਜਾ ਰਹੀ ਸੀ ਮਤਲਬ ਇੰਟਰੈਕਸ਼ਨ ਸੀ ਸਾਡੀ ਆਪਣੀ ਕਿੱਦਾਂ ਚੱਲ ਰਿਹਾ ਹੈ ਕਿਵੇਂ ਤੁਹਾਡੀ ਵੈਸੇ ਮੈਂ ਵੈਸੇ ਪੁੱਛ ਰਿਹਾ ਕਿ ਆਬਜ਼ਰਵੇਸ਼ਨ ਕੀ ਸੀ ਤੁਹਾਡੀ ਰਾਈਟਰ ਦੇ ਬਾਰੇ ਕਿ ਰਾਈਟਰ ਦਾ ਦਿਮਾਗ ਕਿੱਦਾਂ ਦਾ ਹੁੰਦਾ ਹੈ ਰਾਈਟਰ ਇਹ ਡਿਫਰੈਂਟ ਜੋਬ ਆ ਅਲੱਗ ਜੋਬ ਹੈ ਜੀ ਕਿਉਂਕਿ ਉਹਨੇ ਤਾਂ ਉਹ ਚੀਜ਼ ਸੋਚਣੀ ਜਿਹੜੀ ਕਿਸੇ ਨੇ ਵੀ ਨਹੀਂ ਸੋਚੀ ਹੋਵੇ ਪਹਿਲਾਂ ਅਤੇ ਰਾਜੂ ਹੁਰਮ ਦੀਆਂ ਮੈਂ ਪਹਿਲਾਂ ਫਿਲਮਾਂ 3-4 ਕੀਤੀਆਂ ਹੋਈਆਂ ਬੂਹ ਮੈਂ ਡਰ ਗਈ ਹੈ ਲੱਡੂ ਬਰਫੀ ਵੀ ਹੈ ਹੋਰ ਵੀ ਤਾਂ ਮੈਨੂੰ ਉਹਨਾਂ ਦੇ ਸਟਾਈਲ ਦਾ ਪਤਾ ਹੈ ਵੀ ਉਹ ਜੋ ਠੇਠ ਪੰਜਾਬੀ ਚੀਜ਼ਾਂ ਨੂੰ ਇੱਧਰੋਂ ਉੱਧਰੋਂ ਲੈ ਕੇ ਇੱਕ ਕੰਪਾਈਲ ਕਰਦੇ ਆ ਵਧੀਆ ਕਹਾਣੀ ਤਾਂ ਉਸ ਚੀਜ਼ ਦਾ ਤਾਂ ਸੀਗਾ ਹੀ ਲਾਵਾਂ ਫਿਰ 2 ਦੀ ਗੱਲ ਚੱਲ ਰਹੀ ਸੀ ਆਈ ਥਿੰਕ ਸਮੀਪ ਭਾਈ ਦੇ ਨਾਲ ਉਹਨੂੰ ਉਹਦੇ ਵਾਸਤੇ ਕਹਾਣੀਆਂ ਦੇਖੀਆਂ ਜਾ ਰਹੀਆਂ ਸੀਗੀਆਂ ਅਤੇ ਇਹ ਕਹਾਣੀ ਕੁਦਰਤੀ ਚਲੋ ਇਹ ਲਾਵਾਂ ਫਿਰ 2 ਨਹੀਂ ਹੈ ਬਟ ਇਹ ਕਹਾਣੀ ਉਹਦੇ ਨਾਲ ਮਿਲਦੀ ਜੁਲਦੀ ਕਹਿ ਸਕਦੇ ਹਾਂ ਸੇਮ ਫਲੇਵਰ ਦੀ ਕਹਿ ਸਕਦੇ ਹਾਂ ਲੱਗਦਾ ਸੀ ਵੀ ਇਹ ਵੀ ਬਣਨੀ ਚਾਹੀਦੀ ਹੈ ਕੁਦਰਤੀ ਸਾਨੂੰ ਪ੍ਰੋਡਿਊਸਰਸ ਮਿਲੇ ਤਾਂ ਇਹ ਬਣ ਗਈ ਸਰ ਮੈਮ ਜਦੋਂ ਤੁਹਾਨੂੰ ਸਕ੍ਰਿਪਟ ਮਿਲੀ ਹੈ ਫਿਲਮ ਆਫਰ ਹੋਈ ਹੈ ਸਭ ਤੋਂ ਪਹਿਲਾਂ ਮਾਈਂਡ ਵਿੱਚ ਕੀ ਆ ਜਿੱਦਾਂ ਸਕ੍ਰਿਪਟ ਆਈ ਕੀ ਆਇਆ ਮਾਈਂਡ 'ਚ ਮੈਨੂੰ ਐਕਚੁਲੀ ਯਾਦ ਨਹੀਂ ਆ ਰਿਹਾ ਬਟ ਫੀਲਿੰਗ ਤਾਂ ਓਬਵੀਅਸਲੀ ਥੈਂਕ ਯੂ ਵਾਲੀ ਹੋਏਗੀ ਸ਼ੁਕਰ ਆਈ ਐਮ ਡੂਇੰਗ ਇਟ ਹਾਂ ਮੈਨੂੰ ਇਹ ਯਾਦ ਹੈ ਸਤਿੰਦਰ ਜੀ ਨੇ ਮੈਨੂੰ ਬੁਲਾਇਆ ਸੀ ਰੀਡਿੰਗ ਦੇ ਲਈ ਆਈ ਗੈਸ ਉੱਥੇ ਫਲੈਟ 'ਚ ਔਰ ਸਾਹਮਣੇ ਵਾਈਟ ਬੋਰਡ 'ਤੇ ਪੂਰਾ ਫਿਲਮ ਦਾ ਸੀਨ ਪੂਰੀ ਡਾਇਰੈਕਸ਼ਨ ਟੀਮ ਉੱਥੇ ਹੁੰਦੀ ਸੀ ਔਰ ਉਹ ਸ਼ਾਰਟ ਬਾਏ ਸ਼ਾਰਟ ਸਾਰਾ ਸੀਨ ਬਾਏ ਸੀਨ ਨਾ ਲਿਖਿਆ ਹੋਇਆ ਸੀ ਸਾਹਮਣੇ ਵਾਈਟ ਬੋਰਡ 'ਤੇ ਔਰ ਸਤਿੰਦਰ ਜੀ ਉੱਥੋਂ ਦੇਖ ਦੇਖ ਕੇ ਔਰ ਆਲਮੋਸਟ ਉਹਨਾਂ ਨੂੰ ਯਾਦ ਹੀ ਸੀ ਸਾਰੀ ਨਰੇਸ਼ਨ ਮੈਨੂੰ ਦੇ ਰਹੇ ਸੀ ਅਤੇ ਮੈਂ ਬਹੁਤ ਇੱਦਾਂ ਔਸ ਸਟ੍ਰਕ ਸੀ ਆਪਣੇ ਅੰਦਰ ਯਾਰ ਮੈਨੂੰ ਮੇਰੀ ਫਿਲਮ ਦੀ ਨਰੇਸ਼ਨ ਮਿਲ ਰਹੀ ਮੈਂ ਕਰਨੀ ਮਨ ਕੀਤਾ ਉਹਨਾਂ ਕਿ ਚੁੰਡੀ ਵੱਡੇ ਹੋਈ ਪਤਾ ਲੱਗੀ ਕਿ ਹਾਂ ਸੁਪਨਾ ਨਿਗਾ